ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋ ਕਰ ਅਨੁਰਾਗ ਜਗ ਕਰਤਾ ਹਰਤਾ ਪ੍ਰਭੂ ਸਾਹਨ ਸਹਾ ਨਰਿੰਦ ਪਾਦ ਪਦਮ ਤੇ ਬੰਦਨਾ ਸ੍ਰੀ ਗੁਰੂ ਗੋਬਿੰਦ ਸਿੰਘ ਦਸੋ ਪਾਤਸ਼ਾਹ ਕਿ ਆਤਮਕ ਸਰੂਪ ਜਾਗਦੀ ਜੋਤ ਜਹਾਰਾ ਜੋਤ ਸਰਬ ਕਲਾ ਭਰਪੂਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਜਿੱਥੇ ਵੀ ਅੱਜ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ ਉੱਥੇ ਦਸਮ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਬਾਜਾਂ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪ੍ਰਕਾਸ਼ ਪੁਰਬ ਆਪਣੀ ਸਰਧਾ ਅਤੇ ਭਾਵਨਾ ਦੇ ਨਾਲ ਆਪਣੀ ਸਮਰੱਥਾ ਦੇ ਅਨੁਸਾਰ ਮਨਾ ਰਿਹਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਆਪਣੇ ਪਵਿੱਤਰ ਬਾਣੀ ਬਚਿੱਤਰ ਨਾਟਕ ਦੇ ਅੰਦਰ ਬਿਆਨ ਕਰਦੇ ਨੇ। ਸਤਿਗੁਰੂ ਮਹਾਰਾਜ ਜੀ ਲਿਖਦੇ ਨੇ ਮੁਰਪਿਤ ਪੂਰਬ ਕੀਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਿਰਬੇਨੀ ਭਏ ਪੁੰਨ ਦਾਨ ਦਿਨ ਕਰਤ ਬਿਤਏ। ਕਹਿੰਦੇ ਮੇਰੇ ਪਿਤਾ ਜੀ ਅਤੇ ਪਰਿਵਾਰ ਸਮੇਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੋ ਤਿਆਗ ਬੈਰਾਗ ਅਤੇ ਅਨੁਰਾਗ ਦੀ ਮੂਰਤ ਨੇ, ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਉਧਾਰ ਕਰਨ ਦੇ ਵਾਸਤੇ, ਸੰਸਾਰ ਦੇ ਕਲਯੁਗੀ ਲੋਕਾਂ ਦਾ ਉਧਾਰ ਕਰਨ ਦੇ ਵਾਸਤੇ, ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ, ਵਿਚਰ ਰਹੇ ਨੇ ਸੰਸਾਰ ਦੇ ਵਿੱਚ। ਕਹਿੰਦੇ ਜਬ ਹੀ ਜਾਤ ਤਿਰਬੇਣੀ ਪਏ, ਜੋ ਅੱਜ ਕੱਲ੍ਹ ਅਲਾਹਾਬਾਦ ਜਿਸਦਾ ਨਾਂ ਤ੍ਰਿਬੇਣੀ, ਉੱਥੇ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚਦੇ ਨੇ, ਪੁੰਨ ਦਾਨ ਦਿਨ ਕਰਤ ਬਿਤਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਪੁੰਨ ਕਰਦੇ ਨੇ? ਜਿੱਥੇ ਹੋਰ ਸੰਸਾਰਕ ਪੁੰਨ ਕਰਦੇ ਨੇ, ਉੱਥੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਨੇ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸੰਸਾਰ ਨੂੰ ਸੱਚੇ ਪਾਤਸ਼ਾਹ ਸਿੱਧੇ ਰਸਤੇ ਉਸ ਪਰਮੇਸ਼ਵਰ ਦੀ ਬਾਣੀ ਦੇ ਨਾਲ ਜੋੜਦੇ ਹੋਏ ਵਿਚਰ ਰਹੇ ਨੇ ਸਤਿਗੁਰੂ ਜੀ। ਪਾਤਸ਼ਾਹ ਕਹਿੰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਹਿਰ ਵਿਖੇ ਭਵ ਲਏ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤ੍ਰਿਵੇਣੀ ਦੇ ਅੰਦਰ ਵਿਚਰਦੇ ਨੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਕੇ ਉਧਰ ਮੈਂ ਕੀਆ ਨਿਵਾਸ, ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਮਾਤਾ ਦੇ ਉਧਰ ਦੇ ਵਿੱਚ ਆ ਜਾਂਦੇ ਨੇ ਅਤੇ ਗੁਰਦੇਵ ਕਹਿੰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਹਿਰ ਵਿਖੇ ਭਵ ਲਇਓ। ਉਸ ਪਟਨਾ ਸਹਿਰ ਦੇ ਅੰਦਰ ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੰਸਾਰ ਨੂੰ ਤਾਰਨ ਦੇ ਵਾਸਤੇ ਜਾਂਦੇ ਨੇ, ਉੱਥੇ ਭਾਈ ਮਰਦਾਨਾ ਜੀ ਨੂੰ ਜਦੋਂ ਇੱਕ ਹੀਰਾ ਪਰਖਣ ਦੇ ਵਾਸਤੇ ਭੇਜਦੇ ਨੇ, ਸਾਲ ਸਰਾਏ ਜੋਹਰੀ ਉਸ ਹੀਰੇ ਦੀ ਪਰਖ ਕਰਦਾ, ਉਹ ਆਪਣੇ ਨੌਕਰ ਨੂੰ ਪਹਿਲਾਂ ਭੇਜ ਦਿੰਦਾ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਦੇ ਵਿੱਚ, ਅਤੇ ਆਪ ਬਾਅਦ ਦੇ ਵਿੱਚ ਆਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ 'ਤੇ ਸੀਸ ਰੱਖਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਦੋਂ ਜਾਣ ਲੱਗਦੇ ਨੇ ਤਾਂ ਸਾਲਸ ਰਾਏ ਚੌਧਰੀ ਕਹਿੰਦਾ, ਸਾਡੀ ਹਵੇਲੀ ਦੇ ਵਿੱਚ ਵੀ ਚਲੋ ਆਪਣੇ ਵਾਰ ਚੰਨ ਪਾਓ। ਗੁਰੂ ਪਾਤਸ਼ਾਹ ਕਹਿੰਦੇ, ਅਸੀਂ 10ਵੇਂ ਜਾਮੇ ਦੇ ਵਿੱਚ ਆਵਾਂਗੇ, ਤੁਹਾਡੇ ਕੋਲ ਬਹੁਤ ਸਮਾਂ ਰਹਾਂਗੇ, ਤੁਹਾਡੀ ਜਿਹੜੀ ਅੰਸ਼ ਵੰਸ਼ ਹੈ ਉਸ ਨੂੰ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਪਰਸਨ ਹੋਣਗੇ। ਤੋ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਾਲਸ ਰਾਏ ਦੀ ਹਵੇਲੀ ਦੇ ਅੰਦਰ ਪਟਨਾ ਸਹਿਰ ਦੇ ਵਿਖੇ ਪੋਸ ਉਹਦੀ ਸੱਤਵੀ ਸੰਮਤ 1723 ਵਿਕਰਮੀ ਅਤੇ 1666 ਈਸਵੀ ਜਿਸਨੂੰ ਆਪਾਂ ਸਿੱਧੇ ਅੰਗਰੇਜ਼ੀ ਸਾਲ ਦੇ ਵਿੱਚ ਗਿਣਦੇ ਹਾਂ, ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਮਾਤ ਗੁਜਰੀ ਜੀ ਦੀ ਕੁੱਖੋਂ। ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਮੇਂ ਅਸਾਮ ਢਾਕਾ ਦੇ ਵਿੱਚ ਵਿਚਰ ਰਹੇ ਨੇ। ਗੁਰਦੇਵ ਸੱਚੇ ਪਾਤਸ਼ਾਹ ਦੀਨ ਦੁਨੀ ਨੂੰ ਤਾਰਨ ਦੇ ਵਾਸਤੇ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਜੋ ਲਿਖਦੇ ਨੇ ਮਹਾਰਾਜ ਜੀ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਹਿਰ ਵਿਖੇ ਭਵ ਲਇਓ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਪਟਨਾ ਸਹਿਰ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਜੀ ਛੋਟੀ ਅਵਸਥਾ ਦੇ ਵਿੱਚ ਉੱਥੇ ਬੜੇ ਕੌਤਕ ਕਰਦੇ ਨੇ। ਜਦੋਂ ਅੱਜ ਪ੍ਰਕਾਸ਼ ਹੁੰਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਾਬ ਦੇ ਅੰਦਰ ਸੱਯਦ ਭੀਖਣ ਸਾਹ ਰਹਿੰਦਾ ਹੈ, ਰੱਬ ਦਾ ਪਿਆਰਾ ਹੈ, ਇਸਲਾਮੀ ਫਕੀਰ ਹੈ। ਇਸਲਾਮ ਭਾਈਚਾਰਾ ਜਿਹੜਾ ਹੈ ਉਹ ਪੱਛਮ ਵਾਲੇ ਪਾਸੇ ਵੱਲ ਸਿਜਦਾ ਕਰਦਾ ਹੈ ਜਦੋਂ ਨਵਾਜ਼ ਅਦਾ ਕਰਦਾ ਹੈ। ਜਦੋਂ ਅੱਜ ਅੰਮ੍ਰਿਤ ਵੇਲੇ ਗੁਸਲ ਕਰਕੇ ਇਸ਼ਨਾਨ ਪਾਣੀ ਕਰਕੇ ਫਜਰ ਦੀ ਨਿਵਾਜ਼ ਪੜ੍ਹਦਾ ਹੈ, ਅੱਜ
ਪੂਰਬ ਵਾਲੇ ਪਾਸੇ ਆਪਣਾ ਜਿਹੜਾ ਹੈ ਉਹ ਸਿੱਧਾ ਕਰਦਾ ਹੈ। ਚੇਲੇ ਪੁੱਛਦੇ ਨੇ, ਪੀਰ ਜੀ ਆਪਾਂ ਤਾਂ ਹਰ ਰੋਜ਼ ਜਿਹੜਾ ਹੈ ਉਹ ਆਪਾਂ ਸਿਜਦਾ ਕਰਦੇ ਹਾਂ ਪੱਛਮ ਵਾਲੇ ਪਾਸੇ। ਪੀਰ ਜੀ ਕਹਿਣ ਲੱਗੇ, ਪੱਛਮ ਵਾਲੇ ਪਾਸੇ ਕਿਉਂ ਕਰਦੇ ਹਾਂ? ਕਹਿੰਦੇ ਕਿਉਂਕਿ ਉੱਧਰ ਕਾਬਾ ਹੈ, ਉੱਧਰ ਅੱਲਾ ਦਾ ਘਰ ਹੈ। ਕਹਿੰਦੇ ਪੀਰ ਜੀ ਕਹਿਣ ਲੱਗੇ, ਜੇ ਉੱਧਰ ਖੁਦਾ ਹੈ, ਜੇ ਖੁਦਾ ਪੂਰਬ ਵਾਲੇ ਪਾਸੇ ਆ ਜਾਵੇ। ਕਹਿੰਦੇ ਅੱਜ ਖੁਦਾ ਦੇ ਦਰਸ਼ਨ ਮੈਨੂੰ ਪੂਰਬ ਵਾਲੇ ਪਾਸੇ ਹੋਏ ਨੇ, ਮੈਂ ਉਸ ਖੁਦਾ ਦੇ ਨੂਰ ਨੂੰ ਸਿਜਦਾ ਕੀਤਾ ਹੈ। ਅਤੇ ਇਹ ਸੱਯਦ ਭਿਖਨ ਸਾਹਿਬ ਵਾਹੋਦਾਹੀ ਆਪਣੇ ਚੇਲਿਆਂ ਨੂੰ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਉਸ ਸਮੇਂ ਉਹਨਾਂ ਦਾ ਨਾਮ ਗੋਬਿੰਦ ਰਾਏ ਹੈ, ਸਤਿਗੁਰੂ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਨੂਰ ਦੇ, ਉਸ ਅੱਲਾ ਦੇ, ਉਸ ਰੱਬ ਜੀ ਦੇ ਦਰਸ਼ਨ ਕਰਕੇ ਫਿਰ ਹੀ ਕਹਿੰਦਾ ਮੈਂ ਪਹੁੰਚ ਕੇ, ਜਦੋਂ ਪਹੁੰਚ ਜਾਂਦਾ ਹੈ ਪਟਨਾ ਸਾਹਿਬ ਦੇ ਵਿਖੇ, ਤਾਂ ਜਦੋਂ ਮਾਤ ਗੁਜਰੀ ਨੂੰ ਕਹਿੰਦਾ ਮੈਂ ਦਰਸ਼ਨ ਕਰਨੇ ਨੇ, ਇਸਲਾਮੀ ਫਕੀਰ ਹਾਂ, ਤਾਂ ਫਿਰ ਉਸ ਸਮੇਂ ਪਹਿਲਾਂ ਜਵਾਬ ਦੇ ਦਿੱਤਾ ਜਾਂਦਾ ਹੈ। ਪਰ ਜਦੋਂ ਇਹ ਆਪਣਾ ਹੱਠ ਕਰਕੇ ਬੈਠ ਗਿਆ, ਕਹਿੰਦੇ ਮੈਂ ਉਤਨਾ ਚਿਰ ਅਣਜਲ ਨਹੀਂ ਕਰਨਾ ਜਿਤਨਾ ਚਿਰ ਖੁਦਾ ਦੇ, ਉਸ ਅੱਲਾ ਦੇ, ਉਸ ਤਾਲਾ ਦੇ, ਉਸ ਪਰਮੇਸ਼ਰ ਦੇ, ਉਸ ਵਾਹਿਗੁਰੂ ਦੇ, ਉਸ ਨੂਰ ਦੇ ਜਿਤਨਾ ਚਿਰ ਮੈਂ ਚਰਨ ਨਾ ਚੁੰਮ ਲੈਵਾਂ, ਜਿਤਨਾ ਚਿਰ ਮੈਂ ਅਣਜਲ ਨਹੀਂ ਕਰਨਾ। ਇਸ ਦਾ ਹੱਠ ਵੇਖ ਕੇ ਮਾਮਾ ਕਿਰਪਾਲ ਚੰਦ ਦਰਸ਼ਨ ਕਰਾਉਂਦੇ ਨੇ ਬਾਲ ਅਵਸਥਾ ਦੇ ਅੰਦਰ। ਸੱਯਦ ਭਿਖਣ ਸਾਹਿਬ ਚਰਨ ਚੁੰਮਦਾ ਹੈ। ਇਸ ਨੇ ਆਪਣੇ ਚੇਲਿਆਂ ਨੂੰ ਇਤਿਹਾਸ ਦੇ ਵਿੱਚ ਲਿਖਿਆ, ਦੋ ਕੁਜੀਆਂ, ਇੱਕ ਦੇ ਵਿੱਚ ਪਾਣੀ, ਇੱਕ ਦੇ ਵਿੱਚ ਦੁੱਧ, ਆਪਣੇ ਮਨ ਦੀ ਅਵਸਥਾ ਇਹ ਜਾਣਨ ਦੇ ਵਾਸਤੇ ਕਿ ਗੁਰੂ ਪਾਤਸ਼ਾਹ ਸਨਾਤਨ ਮਤ ਦੀ ਮਦਦ ਕਰਨਗੇ ਜਾਂ ਇਸਲਾਮ ਦੇ ਵਿੱਚ ਆਉਣਗੇ। ਜਦੋਂ ਦੋ ਕੁਜੀਆਂ ਲਿਆ ਕੇ ਰੱਖਦਾ ਪਾਤਸ਼ਾਹ, ਦੋਨਾਂ ਕੁਜੀਆਂ 'ਤੇ ਹੱਥ ਰੱਖ ਕੇ ਦੋਨਾਂ ਨੂੰ ਉਹ ਡੁੱਲ ਜਾਂਦੀਆਂ ਨੇ, ਦੋਨੇ ਮਿਲ ਜਾਂਦੀਆਂ ਨੇ। ਕਿ ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਅੰਦਰ ਸਭ ਦੇ ਸਾਂਝੇ ਰਹਿਬਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਦੇ ਵਾਸਤੇ, ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਅੰਦਰ ਆਪਣੀ ਦੇ ਅੰਦਰ ਪਾਤਸ਼ਾਹ ਲਿਖਦੇ ਨੇ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਭਾਰਨ। ਧਰਮ ਨੂੰ ਚਲਾਉਣ ਦੇ ਵਾਸਤੇ, ਸੰਤਾਂ ਨੂੰ ਉਭਾਰਨ ਦੇ ਵਾਸਤੇ, ਸੰਤਾਂ ਫਕੀਰਾਂ ਜਿਸ ਟਾਈਮ ਉਸ ਵੇਲੇ ਨਿਰਾਦਰੀ ਕਰ ਰਹੇ ਸਨ ਔਰੰਗਜ਼ੇਬ ਬਾਦਸ਼ਾਹ, ਦੁਸ਼ਟ ਸਭਨ ਕੋ ਮੂਲ ਉਪਾਰ, ਦੁਸ਼ਟਾਂ ਦਾ ਜੜ ਤੋਂ ਵਿਨਾਸ਼ ਕਰਨ ਦੇ ਵਾਸਤੇ। ਕਹਿੰਦੇ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪ੍ਰਕਾਸ਼ ਸੱਚੇ ਪਾਤਸ਼ਾਹ ਦਾ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਦੁਸ਼ਟ ਸਭਨ ਕੋ ਮੂਲ ਉਪਾਰ, ਦੁਸ਼ਟਾਂ ਦਾ ਨਾਸ਼ ਕਰਨ ਦੇ ਵਾਸਤੇ, ਸੰਤਾਂ ਨੂੰ ਉਭਾਰਨ ਦੇ ਵਾਸਤੇ, ਧਰਮ ਨੂੰ ਚਲਾਉਣ ਦੇ ਵਾਸਤੇ, ਧਰਮ ਦੀ ਰੱਖਿਆ ਕਰਨ ਦੇ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ, ਤਾਂ ਫਿਰ ਉਹ ਸਭਨਾਂ ਦੇ ਸਾਂਝੇ ਰਹਿਬਰ ਨੇ। ਇਹ ਪ੍ਰਤੀਤ ਹੋਇਆ ਸੱਯਦ ਭਿਖਣ ਸਾਹਿਬ ਇੱਕ ਰਹਿਬਰ ਸਾਂਝੇ ਨੇ। ਉਸ ਪਟਨਾ ਸਾਹਿਬ ਦੀ ਗਲੀਆਂ ਦੇ ਅੰਦਰ ਸਤਿਗੁਰੂ ਜੀ ਬੜਾ ਸਮਾਂ ਬਤੀਤ ਕੀਤਾ ਉੱਥੇ, ਉਸ ਸ਼ਹਿਰ ਨੂੰ ਭਾਗ ਲਾਏ ਮਹਾਰਾਜ ਸੱਚੇ ਪਾਤਸ਼ਾਹ ਨੇ। ਪਵਿੱਤਰ ਬਾਣੀ ਦੇ ਵਚਨ ਨੇ
ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨ ਮੇਰਾ ਸਤਿਗੁਰ ਦੇਖਿਆ ਜਾ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਪਰਸਨ ਕੀਤੇ, ਉਹ ਵੀ ਭਾਗਾਂ ਵਾਲੇ ਹੋ ਗਏ। ਤੋ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸ਼ਹਿਰ ਦੇ ਅੰਦਰ ਬੜੇ ਕੌਤਕ ਵਰਤਦੇ ਨੇ ਬਚਪਨ ਦੇ ਅੰਦਰ। ਇੱਕ ਕੌਤਕ ਇੱਕ ਘਟਨਾ ਹੈ, ਬਚਪਨ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਦੇ ਵਿੱਚ ਖੇਡਦੇ ਨੇ, ਗੰਗਾ ਦੇ ਤੱਟ 'ਤੇ ਜਾਂਦੇ ਨੇ। ਉੱਥੇ ਖੇਡਦੇ ਖੇਡਦੇ ਆਪਣੇ ਹੱਥ ਦੇ ਅੰਦਰ ਕੰਗਣ ਪਾਇਆ ਹੈ, ਉਹ ਨਦੀ ਦੇ ਵਿੱਚ ਸੁੱਟ ਆਉਂਦੇ ਨੇ। ਘਰ ਪਤਾ ਲੱਗਦਾ ਹੈ ਕਿ ਕੰਗਣ ਸੁੱਟ ਆਏ ਨੇ, ਤਾਂ ਜਦੋਂ ਨਾਲ ਜਾਂਦਾ ਪਰਿਵਾਰ ਕਿ ਕਿੱਥੇ ਕੁ ਸੁੱਟਿਆ, ਤਾਂ ਦੂਜੇ ਹੱਥ ਦੇ ਵਿੱਚ ਉਹ ਕੰਗਣ ਸੁੱਟ ਕੇ ਕਹਿੰਦੇ ਇੱਥੇ ਸੁੱਟਿਆ। ਬਚਪਨ ਤੋਂ ਹੀ ਤਿਆਗ ਹੈ ਇਹਨਾਂ ਚੀਜ਼ਾਂ ਦੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਿਆਗ ਹੈ ਬਚਪਨ ਦੇ ਅੰਦਰ। ਤਾਂ ਉੱਥੋਂ ਦੀ ਹੀ ਇੱਕ ਘਟਨਾ, ਪੰਡਿਤ ਸ਼ਿਵਦੱਤ ਜਿਹੜਾ ਹੈ ਉਹ ਰਾਮ ਦੇ ਰੂਪ ਦੇ ਵਿੱਚ ਆਪਣੀ ਯਾਦ ਕਰਦਾ ਹੈ ਕਿ ਕਿਸੇ ਤਰ੍ਹਾਂ ਮੈਨੂੰ ਦਰਸ਼ਨ ਹੋ ਜਾਣ। ਤਾਂ ਸਤਿਗੁਰੂ ਜੀ ਇੱਕ ਦਿਨ ਆਪਣੇ ਬੱਚਿਆਂ ਦੇ ਨਾਲ, ਛੋਟੇ ਛੋਟੇ ਬੱਚਿਆਂ ਦੇ ਨਾਲ ਖੇਡਦੇ ਹੋਏ ਜਿੱਥੇ ਪੰਡਿਤ ਜੀ ਜੁੜਿਆ ਹੈ ਭਗਤੀ ਦੇ ਵਿੱਚ, ਉਸ ਦੀ ਅੱਖਾਂ 'ਤੇ ਹੱਥ ਰੱਖ ਕੇ ਕਹਿੰਦੇ ਨੇ ਪੰਡਿਤ ਜੀ ਝਾ। ਤਾਂ ਉਸ ਸ਼ਿਵ ਦੱਤ ਨੂੰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਨੂੰ ਰਾਮ ਦੇ ਰੂਪ ਦੇ ਵਿੱਚ ਦਰਸ਼ਨ ਹੁੰਦੇ। ਤਾਂ ਉਹ ਨਿਹਾਲ ਹੋਇਆ ਜਦੋਂ ਇਸ ਦੇ ਕੋਲ ਉਸ ਸ਼ਹਿਰ ਦੇ ਰਾਜਾ ਫਤਿਹ ਚੰਦ ਮੈਣੀ, ਉਸ ਦੀ ਘਰਵਾਲੀ ਜਦੋਂ ਆਉਂਦੇ ਨੇ ਇਹਦੇ ਕੋਲ, ਇਹਨਾਂ ਦੇ ਘਰ ਔਲਾਦ ਨਹੀਂ, ਕਿ ਸਾਨੂੰ ਔਲਾਦ ਦੀ ਲੋੜ ਹੈ, ਸਾਡੇ ਘਰ ਬੜੀਆਂ ਵਸਤੂਆਂ ਨੇ, ਸੰਸਾਰਕ ਵਸਤੂਆਂ ਮਾਇਕ ਪਦਾਰਥ ਬੜੇ ਨੇ, ਪਰ ਘਾਟ ਇੱਕ ਔਲਾਦ ਦੀ। ਤਾਂ ਪੰਡਿਤ ਸ਼ਿਵਦੱਤ ਕਹਿੰਦਾ ਤੁਸੀਂ ਆਪਣੇ ਘਰ ਜਾ ਕੇ ਜੋ ਸਾਲ ਸਰਾਏ ਦੀ ਹਵੇਲੀ ਦੇ ਅੰਦਰ ਸਤਿਗੁਰੂ ਗੋਬਿੰਦ ਰਾਏ ਜੀ ਆਏ ਨੇ, ਸੰਸਾਰ ਦੇ ਖੁਦਾ ਦਾ ਨੂਰ ਆਇਆ ਹੈ, ਰਾਮ ਦਾ ਨੂਰ ਆਇਆ ਹੈ, ਪਰਮਾਤਮਾ ਆਪ ਇਸ ਸੰਸਾਰ ਦੇ ਵਿੱਚ ਆਇਆ, ਇਸ ਪਟਨੇ ਦੀਆਂ ਗਲੀਆਂ ਨੂੰ ਭਾਗ ਲਾਉਣ ਦੇ ਵਾਸਤੇ ਵਿਚਰਦੇ ਨੇ। ਤੁਸੀਂ ਆਪਣੇ ਘਰ ਜਾ ਕੇ ਇਕਾਗਰ ਚਿੱਤ ਹੋ ਕੇ ਯਾਦ ਕਰੋ, ਉਹ ਤੁਹਾਡੇ ਕੋਲ ਆਪਣੇ ਹੀ ਆਪ ਆ ਜਾਣਗੇ। ਬੜਾ ਸਮਾਂ ਬੀਤਦਾ ਗਿਆ। ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਰਾਣੀ ਦੀ ਯਾਦ ਦੇ ਯਾਦ ਦੇ ਵਿੱਚ ਜੋ ਜੁੜੀ ਹੋਈ ਹੈ, ਉਸਦੇ ਘਰ ਖੇਡਦੇ ਆਪਣੇ ਹਾਣੀਆਂ ਦੇ ਨਾਲ ਜਾਂਦੇ ਨੇ ਅਤੇ ਜਾ ਕੇ ਗੋਦ ਦੇ ਵਿੱਚ ਬੈਠ ਜਾਂਦੇ ਨੇ ਅਤੇ ਕਹਿੰਦੇ ਨੇ ਮਾਂ, ਕਿਉਂਕਿ ਮਾਂ ਦਾ ਜਦੋਂ ਉਸ ਨੇ ਆਵਾਜ਼ ਸੁਣੀ ਉਸਦੇ ਅੰਦਰ ਠੰਡ ਵਰਤ ਗਈ। ਕਹਿੰਦੇ ਛੇਤੀ ਕਰੋ, ਭੁੱਖ ਲੱਗੀ ਹੈ, ਕੁਝ ਖਾਣਾ ਹੈ। ਰਾਣੀ ਵਸਤੂਆਂ ਤਿਆਰ ਕਰਦੀ ਹੈ, ਕਹਿੰਦੇ ਨਹੀਂ ਨਹੀਂ ਜੋ ਤਿਆਰ ਹੈ ਉਹੀ। ਤਾਂ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਹੋਰ ਨਾਲ ਛੋਟੀ ਉਮਰ ਦੇ ਬੱਚੇ ਨੇ, ਸਭਨਾਂ ਨੂੰ ਖਵਾਉਂਦੇ ਨੇ ਅਤੇ ਉਹ ਕਹਿੰਦੀ ਹੈ ਮੈਨੂੰ ਪੁੱਤਰ ਦੀ ਲੋੜ, ਤੁਹਾਡੇ ਵਰਗੇ ਪੁੱਤਰ ਦੀ ਲੋੜ ਹੈ।
ਮਾਂ ਜੇ ਤੂੰ ਕੁਝ ਹੋਰ ਪਿਤਰਾਂ ਦਾ ਪੁੱਤਰ ਮੈਂ ਤੈਨੂੰ ਦੇ ਦੇਣਾ ਸੀ, ਪਰ ਮੇਰੇ ਵਰਗਾ ਤਾਂ ਮੈਂ ਹੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗਾ ਹੈ ਵੀ ਕੋਈ ਨਹੀਂ। ਅੱਲਾ ਯਾਰ ਖਾਂ ਜੋਗੀ ਵਰਗੇ ਲਿਖਦੇ ਨੇ, ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀ ਹੈ, ਕਹੇ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ। ਕੌਣ ਬਰਾਬਰਤਾ ਕਰ ਸਕਦਾ ਧੰਨ ਗੁਰੂ ਗੋਬਿੰਦ ਸਿੰਘ? ਕਹਿੰਦੇ ਮੈਂ ਤੁਹਾਡਾ ਮੈਨੂੰ ਆਪਣਾ ਪੁੱਤਰ ਜਾਣ। ਕਹਿੰਦੇ ਮਾਤ ਗੁਜਰੀ ਜੀ ਨੂੰ ਪੁੱਛਿਆ, ਕਹਿੰਦੇ ਇਸ ਤਰ੍ਹਾਂ ਜਾਣੋ ਜਿਸ ਤਰ੍ਹਾਂ ਅੱਖਾਂ ਸਰੀਰ 'ਤੇ ਦੋ ਨੇ, ਰੂਪ ਇੱਕ ਵੇਖਦੀਆਂ ਨੇ, ਜਿਸ ਤਰ੍ਹਾਂ ਦੋ ਘੜਿਆਂ ਦੇ ਵਿੱਚ ਪਾਣੀ ਭਰਿਆ ਹੋਵੇ, ਚੰਦਰਮਾ ਦੀਆਂ ਕਿਰਨਾਂ ਦੋਨਾਂ 'ਤੇ ਬਰਾਬਰ ਦਿਖਦੀਆਂ ਨੇ, ਤਾਂ ਇਸ ਤਰ੍ਹਾਂ ਜਾਣੋ ਕਿ ਮੈਂ ਤੁਹਾਡਾ ਵੀ ਪੁੱਤਰ ਹਾਂ, ਮਾਤ ਗੁਜਰੀ ਦਾ ਪੁੱਤਰ ਹੈ। ਮੈਂ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਤੁਹਾਨੂੰ ਉਸ ਦੇ ਵਿੱਚ ਹਾਜ਼ਰ ਨਾਜ਼ਰ ਤੁਹਾਨੂੰ ਦਰਸ਼ਨ ਦਾਰੇ ਤੁਹਾਨੂੰ ਹੁੰਦੇ ਰਹਿਣਗੇ। ਤੋ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨੇ ਸਾਹਿਬ ਦੇ ਗਲੀਆਂ ਨੂੰ ਬੇਅੰਤ ਭਾਗ ਲਾਏ, ਬੜਾ ਸਮਾਂ ਉੱਥੇ ਵਿਚਰੇ। ਮਹਾਰਾਜ ਸੱਚੇ ਪਾਤਸ਼ਾਹ ਛੋਟੀ ਅਵਸਥਾ ਦੇ ਅੰਦਰ ਸੰਸਾਰ ਦੇ ਲੋਕਾਂ ਨੂੰ ਤਾਰਦੇ ਨੇ, ਜਿਨ੍ਹਾਂ ਦੇ ਬਾਬਤ ਬੜੇ ਬਚਨ ਲਿਖਦੇ ਨੇ। ਇਸੇ ਸ਼ਬਦ ਦੇ ਅੰਦਰ ਪਾਤਸ਼ਾਹ ਪਹਿਲਾਂ ਲਿਖਦੇ ਨੇ, ਜਦੋਂ ਮਦਰ ਦੇਸ ਹਮ ਕੋ ਲੈ ਆਏ, ਭਾਂਤ ਭਾਂਤ ਦਾਇਰੇ ਨੂੰ ਦੁਲਾਏ, ਪੰਜਾਬ ਲੈ ਕੇ ਆਉਂਦੇ ਨੇ, ਪਰ ਜਦੋਂ ਉੱਥੇ ਵਿਚਰਦੇ ਨੇ, ਉੱਥੇ ਸੰਸਾਰ ਦੇ ਲੋਕ ਜਦੋਂ ਜਾਣ ਲੱਗਦੇ ਨੇ ਪਟਨਾ ਸ਼ਹਿਰ ਤੋਂ, ਤਾਂ ਬੜੇ ਵੈਰਾਗ ਦੇ ਵਿੱਚ ਆ ਜਾਂਦੇ ਨੇ ਸਾਰੇ। ਤਾਂ ਸਭਨਾਂ ਨੂੰ ਉਪਦੇਸ਼ ਦੇ ਕੇ ਕਿ ਭਾਈ ਤੁਸੀਂ ਬਾਣੀ ਦੇ ਨਾਲ ਜੁੜੋ, ਜਦੋਂ ਤੁਸੀਂ ਬਾਣੀ ਪੜ੍ਹੋਗੇ, ਬਾਣੀ ਪੜ੍ਹ ਕੇ ਯਾਦ ਕਰੋਗੇ ਸਾਨੂੰ, ਅਸੀਂ ਤੁਹਾਡੇ ਵਿੱਚ ਹਾਜ਼ਰ ਨਾਜ਼ਰ, ਦਰਸ਼ਨ ਦਿਦਾਰੇ ਸਾਡੇ ਹੋਣਗੇ ਤੁਹਾਡੇ। ਤੋ ਅੱਗੇ ਲਿਖਦੇ ਨੇ, ਮਦਰ ਦੇਸ਼ ਜਦੋਂ ਹਮਕੋ ਪੰਜਾਬ ਲੈ ਕੇ ਆਏ, ਤੇ ਬੜੀ ਤਰ੍ਹਾਂ ਜਿਹੜੀ ਹੈ ਉਹ ਸਾਡੀ ਸੰਭਾਲ ਕੀਤੀ ਗਈ। ਕਿੰਨੀ ਅਣਖ ਭਾਂਤ ਤਨ ਰੱਛਿਆ, ਦਿੰਨੀ ਭਾਂਤ ਭਾਂਤ ਕੀ ਸਿੱਖਿਆ, ਬੜੇ ਤਰ੍ਹਾਂ ਦੀ ਸਿਕਸ਼ਾ ਦਿੱਤੀ। ਜਬ ਹਮ ਧਰਮ ਕਰਮ ਮੋਂ ਆਏ, ਦੇਵ ਲੋਕ ਤੋਂ ਪਿਤਾ ਸਦਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਛੋਟੀ ਅਵਸਥਾ ਦੇ ਵਿੱਚ ਸੀ, ਤਾਂ ਪਿਤਾ ਜੀ ਨੂੰ ਆਪ ਸਾਰੀਆਂ ਸੰਗਤਾਂ ਦੇ ਇਤਿਹਾਸ ਬਾਰੇ ਪਤਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਧਰਮ ਨੂੰ ਬਚਾਉਣ ਦੇ ਵਾਸਤੇ ਆਪਣਾ ਆਪ ਨੂੰ ਕੁਰਬਾਨ ਕਰ ਦਿੱਤਾ। ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਬੜੇ ਲਿਖਾਰੀਆਂ ਨੇ, ਵੱਖ ਵੱਖ ਧਰਮਾਂ ਦੇ ਲਿਖਾਰੀਆਂ ਨੇ ਆਪਣੇ ਕਲਮ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਭਾਈ ਗੁਰਦਾਸ ਜੀ ਲਿਖਦੇ ਨੇ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਨੰਦ ਲਾਲ ਜੀ ਲਿਖਦੇ ਨੇ ਬੜੇ ਸੁੰਦਰ, ਕਹਿੰਦੇ ਦੀਨ ਦੁਨੀਆ ਦਰ ਕਮੰਦੇ, ਆਪ ਰੇ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ, ਯਕਤਾਰ ਮੋਏ ਯਾਰ ਮਾਂ। ਸਤਿਗੁਰੂ ਜੀ ਦੇ ਕੇਸਾਂ ਸੰਬੰਧੀ ਉਹਨਾਂ ਦੇ ਸੁਹੱਪਣ ਨੂੰ ਵਰਣਨ ਕਰਦੇ ਨੇ ਭਾਈ ਨੰਦ ਲਾਲ ਸਿੰਘ ਜੀ। ਉਹ ਕਹਿੰਦੇ ਨੇ ਕਿ ਤੁਹਾਡੇ ਜੋ ਕੇਸਾਂ ਦੀ ਇੱਕ ਲਿਟ ਹੈ, ਉਸ ਸੋਹਣੀ ਲਿਟ ਦੇ ਅੰਦਰ ਦੇਣ ਤੇ ਦੁਨੀਆ ਦੋ ਜਹਾਨ ਬੱਝੇ ਹੋਏ ਨੇ। ਇੱਕ ਵਾਲ ਦੀ ਕੀਮਤ ਤੇ ਸੱਚੇ ਪਾਤਸ਼ਾਹ ਦੋ ਜਹਾਨ ਦੀ ਕੀਮਤ ਜਿਹੜੀ ਉਹ ਵਾਰੀ ਜਾ ਸਕਦੀ ਤੁਹਾਡੇ ਕੇਸਾਂ ਤੋਂ। ਬੜੇ ਬਚਨ ਭਾਈ ਨੰਦ ਲਾਲ ਸਿੰਘ ਜੀ ਲਿਖਦੇ ਨੇ ਆਪਣੇ, ਉਹ ਬੜੇ ਆਪਣੇ ਕਵੀ ਨੇ, ਬੜੇ ਸੁੰਦਰ ਬਚਨ ਕਰਦੇ ਨੇ
ਅਖੀਰ ਦੇ ਅੰਦਰ ਉਹਨਾਂ ਨੇ ਬੜੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਸ਼ਲਾਘਾ ਦੇ ਪ੍ਰਤੀ ਲਿਖੇ ਨੇ। ਉਹ ਕਹਿੰਦੇ ਨੇ ਅਖੀਰ ਦੇ ਅੰਦਰ ਲਿਖਦੇ ਨੇ ਬਚਨ ਲਿਖ ਕੇ, ਜਿਵੇਂ ਲਿਖਦੇ ਨੇ, ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਅਖੀਰ ਦੇ ਅੰਦਰ ਲਿਖਦੇ ਨੇ ਕਹਿੰਦੇ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਕਹਿੰਦੇ ਲਿਖਦੇ ਨੇ ਕਿ ਮੈਂ ਤਾਂ ਕੁੱਕਰ ਹਾਂ ਸਤਿਗੁਰੂ ਜੀ ਦੇ ਚਰਨਾਂ ਦਾ, ਦੱਸ ਰਹਾ ਮੈਂ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ, ਅਤੇ ਮੇਰੇ ਮੱਥੇ 'ਤੇ ਦਾਗ ਦਿੱਤਾ ਹੋਇਆ, ਦਾਗ ਪਾਇਆ ਹੋਇਆ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਪਹਿਚਾਣ ਹੈ ਮੇਰੀ। ਫਿਰ ਕਹਿੰਦੇ ਨਹੀਂ ਕੁੱਕਰ ਨਹੀਂ, ਕਹਿੰਦੇ ਉਹ ਤਾਂ ਜ਼ਿਆਦਾ ਕਹਿ ਬੈਠਿਆ। ਕਹਿੰਦੇ ਕਮਤਰੀ ਜੇ ਸਾਗਾਨ ਗੁਰੂ ਗੋਬਿੰਦ ਸਿੰਘ, ਕਹਿੰਦੇ ਮੈਂ ਉਸ ਤੋਂ ਵੀ ਘੱਟ ਕਿਹੋ ਜਿਹਾ, ਕਹਿੰਦਾ ਰੇਜਾ ਚੇਨ ਖਾਣ ਗੁਰੂ ਗੋਬਿੰਦ ਸਿੰਘ, ਜਿਹਨੇ ਸੋਹਣੇ ਥਾਲਾਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਭੋਜਨ ਚੱਕਦੇ ਨੇ, ਉਹਨਾਂ ਦੇ ਬਚਿਆ ਹੋਏ ਜਿਹੜੇ ਕਿਣਕੇ ਹੈ ਉਹਨਾਂ ਨੂੰ ਚੱਟਦਾ, ਕਹਿੰਦੇ ਮੈਂ, ਕਹਿੰਦੇ ਮੇਰੀ ਜਿਹੜੀ ਹੈ ਜਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਕੁਰਬਾਨ ਹੋ ਜਾਏ। ਉਹ ਲਿਖਦੇ ਨੇ ਬਾਦ ਜਾਨ ਸਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਹ ਪਰ ਪਾਏ ਗੁਰੂ ਗੋਬਿੰਦ ਸਿੰਘ, ਕਹਿੰਦੇ ਮੇਰੀ ਜਾਨ ਵੀ ਕੁਰਬਾਨ ਹੋ ਜਾਵੇ ਅਤੇ ਮੇਰਾ ਸੀਸ ਵੀ ਉਹਨਾਂ ਦੇ ਸੋਹਣੇ ਚਰਨਾਂ 'ਤੇ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਸੱਚੇ ਪਾਤਸ਼ਾਹ, ਬੜੇ ਬਚਨ ਭਾਈ ਨੰਦ ਲਾਲ ਸਿੰਘ ਜੀ ਨੇ ਲਿਖੇ। ਅੱਲਾ ਯਾਰ ਖਾਂ ਲਿਖਦਾ ਹੈ ਇਸਲਾਮੀ ਭਾਈਚਾਰੇ ਦੇ ਅੰਦਰ ਹੋਇਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੀਆਂ ਸਿਫਤਾਂ ਲਿਖੀਆਂ, ਉਹਨਾਂ ਦੇ ਫਰਜ਼ੰਦਾਂ ਦੀ ਸਿਫਤਾਂ ਲਿਖੀਆਂ। ਉਹ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ। ਕਹਿੰਦੇ ਹਰ ਚੰਦ ਮੇਰੇ ਹੱਥ ਮੇ ਪੁਰਜੋਰ ਕਲਮ ਹੈ, ਕਹਿੰਦੇ ਮੰਨਿਆ ਮੇਰੇ ਹੱਥ ਦੇ ਵਿੱਚ ਕਲਮ ਹੈ, ਕਵੀ ਹੈ ਕਵੀ ਹਾਂ ਮੈਂ, ਮੇਰੇ ਕੋਲ ਸਿਆਹੀ ਹੈ ਦਵਾਤ ਹੈ ਕਾਗਜ਼ ਹੈ, ਕਹਿੰਦੇ ਪਰ ਸਤਿਗੁਰੂ ਕੋਈ ਲਿਖੂ ਵਫ਼ਦ ਤਾਂ ਮੈਂ ਕਹਾਂ ਰਕਮ ਹੈ, ਉਹ ਸ਼ਬਦ ਕਿੱਥੋਂ ਲਿਆਵਾਂ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਸਿਫਤਾਂ ਵਾਸਤੇ, ਮੈਂ ਸ਼ਬਦ ਕਿੱਥੋਂ ਲਿਆਵਾਂ, ਕਰਾਂ ਸਤਿਗੁਰੂ ਕੋਲ ਲਿਖੂ ਵਫ਼ਦ ਤਾਂ ਮੈਂ ਕਹਾਂ ਰਕਮ ਹੈ। ਕਹਿੰਦੇ ਬਸ ਉਹਨਾਂ ਨੇ ਬੜੀਆਂ ਸਿਫਤਾਂ ਲਿਖੀ, ਪਰ ਕਹਿੰਦੇ ਮੈਂ ਤਾਂ ਬਸ ਇਤਨਾ ਕੁ ਲਿਖ ਸਕਿਆ ਜਿਸ ਤਰ੍ਹਾਂ ਇੱਕ ਸਮੁੰਦਰ ਦੇ ਅੰਦਰ ਇੱਕ ਬੁਲਬੁਲਾ ਉੱਠਦਾ ਹੈ। ਲਿਖਿਆ ਨਾ ਹਰ ਚੰਦ ਮੇਰੇ ਹੱਥ ਮੇਂ ਪੁਰਜੋਰ ਕਲਮ ਹੈ, ਸਤਿਗੁਰੂ ਕੋਲ ਲਿਖੂ ਵਫ਼ਦ ਤਾਂ ਮੈਂ ਕਾਮਰ ਕਹਾਂ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਾਰ ਸੋ ਬਹਾਰ ਕੋ ਦੇਖੇ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ। ਕਹਿੰਦੇ ਇੱਕ ਸਮੁੰਦਰ ਦੀ ਮੈਂ ਕੀ ਸਿਫਤਾਂ ਲਿਖਾਂ, ਉਸਦੀ ਡੂੰਘਾਈ ਬਾਰੇ ਲਿਖਾਂ, ਉਸਦੀ ਵਿਸਾਲਤਾ ਲਿਖਾਂ, ਉਸਦੇ ਅੰਦਰ ਹੀਰੇ ਮੋਤੀ ਪੈਣ ਉਹਨਾਂ ਬਾਰੇ ਲਿਖਾਂ, ਕੀ ਵਿਸਾਲ ਕੀ ਵਰਣਨ ਕਰਾਂ ਮੈਂ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ। ਮੈਂ ਉਹਦੀ ਲਹਿਰਾਂ ਦੀ ਸਿਫਤ ਕਰਾਂ, ਉਹਦੇ ਵਿੱਚ ਪਏ ਪਦਾਰਥਾਂ ਦੀ ਮੈਂ ਸਿਫਤਾਂ ਕਰਾਂ, ਉਹਦੀ ਵਿਸਾਲਤਾ ਦੀ ਸਿਫਤ ਕਰਾਂ, ਉਹਦੀ ਡੂੰਘਾਈ ਦੇ ਬਾਰੇ ਮੈਂ ਕੀ ਦੱਸ ਸਕਦਾ। ਹੋਰ ਅਨੇਕਾਂ ਜਿਹੜੇ ਕਵੀ ਆਪਣੀ ਆਪਣੀ ਕਲਮ ਚਲਾਉਂਦੇ ਰਹੇ ਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਇਸ ਸੰਸਾਰ ਦੇ ਅੰਦਰ ਨਾ ਆਉਂਦੇ ਤਾਂ ਬੜੇ ਸੁੰਦਰ ਬਚਨ ਲਿਖੇ ਨੇ। ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੇਲਤਾ, ਕਿਤਾਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ ਵਰਨ ਗਰਕ ਜਾਤੇ, ਸਹਿਤ ਵਿਦਾਨ ਕੀ ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਹਾਂਕਵੀ, ਕਹਿੰਦੇ ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ। ਕਹਿੰਦੇ ਇਹ ਸਾਰੇ ਫਿਰ ਇੱਥੇ ਇਤਿਹਾਸ ਕੁਝ ਹੋਰ ਹੋਣਾ ਸੀ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਨਾ ਆਉਂਦੇ, ਤਾਂ ਉਹਨਾਂ ਦੇ ਮਹਾਨ ਮਹਾਨ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਕੋਟਾਨ ਕੋਟਾਨ ਵਧਾਈਆਂ ਹੋਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰ ਲੈਣਾ, ਟੂਕ ਮਾਤਰ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਬੇਅੰਤ ਬੇਅੰਤ ਬੜਾ, ਮਹਾਰਾਜ ਸੱਚੇ ਪਾਤਸ਼ਾਹ ਬੜਾ ਜੀਵਨ ਭਰਿਆ ਪਿਆ। ਗੁਰੂ ਪਾਤਸ਼ਾਹ ਦੀ ਸਿਫਤਾਂ ਉਸ ਸਮੇਂ ਦੇ ਕਵੀਆਂ ਨੇ ਵੀ ਕੀਤੀਆਂ ਨੇ, ਉਸ ਤੋਂ ਬਾਅਦ ਵੀ ਕੀਤੀਆਂ ਨੇ, ਅੱਜ ਵੀ ਕਰਦੇ ਕਰ ਰਹੇ ਨੇ ਅਤੇ ਕਰਦੇ ਰਹਿਣਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੀਆਂ ਸਿਫਤਾਂ ਦਾ ਅੰਤ ਕੋਈ ਨਹੀਂ। ਸੋ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਇਤਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।